ਪਤੀ ਪਤਨੀ ਤੇ ਭਾਰੀ ਪੈ ਗਿਆ। ਦੱਸਦੀ ਹੈ ਕਿ ਐਕਟਿਵਾ ਤੇ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸੀ ਤਾਂ ਸੜਕ ਦੇ ਕਿਨਾਰੇ ਤੇ ਖੜਾ ਦਰਖਤ ਅਚਾਨਕ ਡਿੱਗ ਪਿਆ, ਜਿਸ ਦੇ ਨਾਲ ਪਤੀ ਦੀ ਦਰਦਨਾਕ ਮੌਤ ਹੋਈ ਔਰ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਦਰਖਤ ਜੋ ਜੜ੍ਹਾਂ ਤੋਂ ਖੋਖਲਾ ਹੋ ਚੁੱਕਿਆ ਸੀ, ਮੀਂਹ ਦੇ ਕਾਰਨ ਹੋਰ ਵੀ ਖੋਖਲਾ ਹੋ ਗਿਆ ਔਰ ਐਕਟਿਵਾ ਤੇ ਸਵਾਰ ਹੋ ਕੇ ਇਹ ਪਤੀ ਪਤਨੀ ਕਿਤੇ ਜਾ ਰਹੇ ਸੀ ਤਾਂ ਅਚਾਨਕ ਸੜਕ ਦੇ ਕਿਨਾਰੇ ਤੇ ਖੜਾ ਇਹ ਦਰਖਤ ਜੋ ਕਿ ਕਾਫੀ ਪੁਰਾਣਾ ਲੱਗ ਰਿਹਾ ਔਰ ਇਹ ਅਚਾਨਕ ਡਿੱਗ ਪਿਆ। ਸੜਕ ਤੇ ਡਿੱਗਣ ਕਰਕੇ ਪਤੀ ਪਤਨੀ ਇਸ ਦਰਖਤ ਦੇ ਥੱਲੇ ਆ ਗਏ, ਦਮ ਘੁੱਟਣ ਕਰਕੇ ਪਤੀ ਦੀ ਦਰਦਨਾਕ ਮੌਤ ਹੋਈ। ਪਤਨੀ ਦੇ ਸੱਟਾਂ ਲੱਗੀਆਂ ਨੇ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਦੋਵੇਂ ਜਾਣੇ ਸਕੂਟੀ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ। ਹੈਦਰਾਬਾਦ ਦੇ ਬੋਲਾਰਾਮ ਛਾਉਣੀ ਹੌਸਪੀਟਲ ਦੇ ਨੇੜੇ ਇਹ ਘਟਨਾ ਸਾਹਮਣੇ ਆਈ। ਦਰਖਤ ਦਾ ਵੱਡਾ ਹਿੱਸਾ ਦੋਵਾਂ ਤੇ ਡਿੱਗ ਪਿਆ ਦਮ ਘੁੱਟਣ ਦੇ ਨਾਲ। ਪਤੀ ਦਵਿੰਦਰ ਦੀ ਮੌਕੇ ਤੇ ਮੌਤ ਹੋ ਗਈ ਔਰ ਪਤਨੀ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਔਰ ਉਸਦੀ ਪਤਨੀ ਨੂੰ ਹੌਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਤਾਂ ਦੱਸ ਦਈਏ ਕਿ ਇੱਕ ਖੋਖਲਾ ਦਰਖਤ ਜੋ ਕਾਫੀ ਪੁਰਾਣਾ ਸੀ, ਸੜਕ ਦੇ ਕਿਨਾਰੇ ਤੇ ਖੜਾ ਸੀ, ਕਾਫੀ ਚਿਰਾਂ ਤੋਂ ਮੀਂਹ ਪੈ ਰਿਹਾ ਜਿਸ ਕਾਰਨ ਇਹ ਦਰਖਤ ਅਚਾਨਕ ਸੜਕ ਤੇ ਡਿੱਗ ਪਿਆ ਤੇ ਸੜਕ ਤੇ ਜਾ ਰਹੇ ਪਤੀ ਪਤਨੀ ਐਕਟਿਵਾ ਤੇ ਸਵਾਰ ਸੀ, ਉਹਨਾਂ ਦੇ ਉੱਪਰ ਇਹ ਦਰਖਤ ਡਿੱਗ ਪਿਆ। ਪਤੀ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ, ਕਿਉਂਕਿ ਇੱਕ ਦਰਖਤ ਦਾ ਵੱਡਾ ਹਿੱਸਾ ਜਿਹੜਾ ਇਸਦੀ ਛਾਤੀ ਤੇ ਡਿੱਗ ਪਿਆ ਔਰ ਮੌਕੇ ਤੇ ਹੀ ਪਤੀ ਦੀ ਦਰਦਨਾਕ ਮੌਤ ਹੋਈ। ਪਤਨੀ ਉਸਦੇ ਥੱਲੇ ਆ ਗਈ, ਉਸਦੇ ਸੱਟਾਂ ਲੱਗੀਆਂ ਨੇ, ਜਾਨ ਤੋਂ ਬਚਾ ਰਿਹਾ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਪਤੀ ਪਤਨੀ ਤੇ ਭਾਰੀ ਪੈ ਗਿਆ। ਦੱਸਦੀ ਹੈ ਕਿ ਐਕਟਿਵਾ ਤੇ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸੀ ਤਾਂ ਸੜਕ ਦੇ ਕਿਨਾਰੇ ਤੇ ਖੜਾ ਦਰਖਤ ਅਚਾਨਕ ਡਿੱਗ ਪਿਆ, ਜਿਸ ਦੇ ਨਾਲ ਪਤੀ ਦੀ ਦਰਦਨਾਕ ਮੌਤ ਹੋਈ ਔਰ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਦਰਖਤ ਜੋ ਜੜ੍ਹਾਂ ਤੋਂ ਖੋਖਲਾ ਹੋ ਚੁੱਕਿਆ ਸੀ, ਮੀਂਹ ਦੇ ਕਾਰਨ ਹੋਰ ਵੀ ਖੋਖਲਾ ਹੋ ਗਿਆ ਔਰ ਐਕਟਿਵਾ ਤੇ ਸਵਾਰ ਹੋ ਕੇ ਇਹ ਪਤੀ ਪਤਨੀ ਕਿਤੇ ਜਾ ਰਹੇ ਸੀ ਤਾਂ ਅਚਾਨਕ ਸੜਕ ਦੇ ਕਿਨਾਰੇ ਤੇ ਖੜਾ ਇਹ ਦਰਖਤ ਜੋ ਕਿ ਕਾਫੀ ਪੁਰਾਣਾ ਲੱਗ ਰਿਹਾ ਔਰ ਇਹ ਅਚਾਨਕ ਡਿੱਗ ਪਿਆ। ਸੜਕ ਤੇ ਡਿੱਗਣ ਕਰਕੇ ਪਤੀ ਪਤਨੀ ਇਸ ਦਰਖਤ ਦੇ ਥੱਲੇ ਆ ਗਏ, ਦਮ ਘੁੱਟਣ ਕਰਕੇ ਪਤੀ ਦੀ ਦਰਦਨਾਕ ਮੌਤ ਹੋਈ। ਪਤਨੀ ਦੇ ਸੱਟਾਂ ਲੱਗੀਆਂ ਨੇ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਦੋਵੇਂ ਜਾਣੇ ਸਕੂਟੀ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ। ਹੈਦਰਾਬਾਦ ਦੇ ਬੋਲਾਰਾਮ ਛਾਉਣੀ ਹੌਸਪੀਟਲ ਦੇ ਨੇੜੇ ਇਹ ਘਟਨਾ ਸਾਹਮਣੇ ਆਈ। ਦਰਖਤ ਦਾ ਵੱਡਾ ਹਿੱਸਾ ਦੋਵਾਂ ਤੇ ਡਿੱਗ ਪਿਆ ਦਮ ਘੁੱਟਣ ਦੇ ਨਾਲ। ਪਤੀ ਦਵਿੰਦਰ ਦੀ ਮੌਕੇ ਤੇ ਮੌਤ ਹੋ ਗਈ ਔਰ ਪਤਨੀ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਔਰ ਉਸਦੀ ਪਤਨੀ ਨੂੰ ਹੌਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਤਾਂ ਦੱਸ ਦਈਏ ਕਿ ਇੱਕ ਖੋਖਲਾ ਦਰਖਤ ਜੋ ਕਾਫੀ ਪੁਰਾਣਾ ਸੀ, ਸੜਕ ਦੇ ਕਿਨਾਰੇ ਤੇ ਖੜਾ ਸੀ, ਕਾਫੀ ਚਿਰਾਂ ਤੋਂ ਮੀਂਹ ਪੈ ਰਿਹਾ ਜਿਸ ਕਾਰਨ ਇਹ ਦਰਖਤ ਅਚਾਨਕ ਸੜਕ ਤੇ ਡਿੱਗ ਪਿਆ ਤੇ ਸੜਕ ਤੇ ਜਾ ਰਹੇ ਪਤੀ ਪਤਨੀ ਐਕਟਿਵਾ ਤੇ ਸਵਾਰ ਸੀ, ਉਹਨਾਂ ਦੇ ਉੱਪਰ ਇਹ ਦਰਖਤ ਡਿੱਗ ਪਿਆ। ਪਤੀ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ, ਕਿਉਂਕਿ ਇੱਕ ਦਰਖਤ ਦਾ ਵੱਡਾ ਹਿੱਸਾ ਜਿਹੜਾ ਇਸਦੀ ਛਾਤੀ ਤੇ ਡਿੱਗ ਪਿਆ
ਔਰ ਮੌਕੇ ਤੇ ਹੀ ਪਤੀ ਦੀ ਦਰਦਨਾਕ ਮੌਤ ਹੋਈ। ਪਤਨੀ ਉਸਦੇ ਥੱਲੇ ਆ ਗਈ, ਉਸਦੇ ਸੱਟਾਂ ਲੱਗੀਆਂ ਨੇ, ਜਾਨ ਤੋਂ ਬਚਾ ਰਿਹਾ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।